50 ਹਜ਼ਾਰ ਬੰਦੇ ਅੱਜ ਸਾਨੂੰ ਪੰਜਾਬ ਛੱਡ ਕੇ ਬਿਹਾਰ ਤੋਂ Jharkhand ਤੋਂ UP ਤੋਂ ਵਾਪਸ ਆਪਣੇ ਘਰਾਂ ਚ ਜਾ ਉੱਤਰਖੰਡ ਤੋਂ ਜਾਣਾ ਚਾਹੁੰਦੇ ਨੇ Odisha ਤੋਂ ਵੀ ਆਏ ਹੋਏ ਨੇ ਤੇ ਮੈਂ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਅਸੀਂ ਉਹਨਾਂ ਦੀ ਟ੍ਰੇਨਾਂ ਕਰ ਰਹੇ ਆਂ ਅੱਜ ਦੇ ਅੱਜ ਦੇ ਦਿਨ ਤਕਰੀਬਨ ਹੋ ਗਿਆ ਨੇ 130 ਟ੍ਰੇਨਾਂ ਆਪਣੀਆਂ ਜਾ ਚੁੱਕੀਆਂ ਨੇ ਉਹਨਾਂ ਨੂੰ ਜਾ ਕੇ 17 ਤੋਂ 18 ਟ੍ਰੇਨਾਂ ਅਸੀਂ ਡੇਲੀ ਭੇਜ ਰਹੇ ਆਂ ਔਰ ਇਸ ਵੇਲੇ 84 ਟ੍ਰੇਨਾਂ ਯੂਪੀ ਜਾ ਚੁੱਕੀਆਂ ਹਨ ਔਰ 32 ਟ੍ਰੇਨਾਂ ਬਿਹਾਰ ਜਾ ਚੁੱਕੀਆਂ ਨੇ ਜੋ ਅਸੀਂ ਪੰਜਾਬ ਦੇ ਲੋਕ ਅਸੀਂ ਇਹਦਾ ਪੇਮੈਂਟ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਘਰ ਪਹੁੰਚਾ ਸਕੀਏ ਉਹਨਾਂ ਨੇ ਸੇਵਾ ਕੀਤੀ ਆਪਣੇ ਸੂਬੇ ਦੀ ਔਰ ਸਾਡੀ ਡਿਊਟੀ ਬਣਦੀ ਹੈ ਇਸੇ ਹਾਲਾਤ ਸਾਡੇ ਪੰਜਾਬੀ ਜਿਹੜੇ ਬਾਹਰ ਬੈਠੇ ਨੇ 60000 ਪੰਜਾਬੀ ਹਿੰਦੁਸਤਾਨ ਦੇ ਹੋਰ ਸੂਬਿਆਂ ਚੋਂ ਵਾਪਸ ਆਉਣਾ ਚਾਹੁੰਦੇ ਆ ਔਰ ਡਿਊਟੀ ਬੰਦ ਲਿਆ ਔਰ ਸੂਬਿਆਂ ਦੀ ਭੇਜਣ ਨੂੰ ਮੇਕਨਗਰ ਉਹ ਨਹੀਂ ਭੇਜਣਗੇ ਤਾਂ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਸਾਡੇ ਪੰਜਾਬੀ ਨੇ ਤੇ ਅਸੀਂ ਉਹਨਾਂ ਨੂੰ ਉੱਥੇ ਨਹੀਂ ਛੱਡਾਂਗੇ ਜੇ ਰੋਣਾ ਚਾਹੁੰਦੇ